ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸਰਕਾਰੀ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਦੇ ਮਾਮਲੇ ਲਈ ਚਲਾਈ ਮੁਹਿੰਮ ਤਹਿਤ ਅੱਜ ਕੇਂਦਰੀ ਸਹਿਕਾਰੀ ਬੈਂਕ ਰੂਪਨਗਰ ਵਿੱਚ 1 ਕਰੋੜ 24 ਲੱਖ 46,547 ਰੁਪਏ ਦੀ ਵਿੱਤੀ ਧੋਖਾਧੜੀ ਕਰਨ ਦੇ ਦੋਸ਼ ਹੇਠ ਸਹਾਇਕ ਮੈਨੇਜਰ ਬਿਕਰਮਜੀਤ ਸਿੰਘ ਅਤੇ ਸੀਨੀਅਰ ਮੈਨੇਜਰ ਅਸ਼ੋਕ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। इस संबंधी जानकारी देंदे हुए विजिलेंस ब्यूरो के बुलारे ने दस्या कि ब्यूरो नूं प्राप्त हुई शिकायत की गंभीरता नाल पड़ताल करन दौरान पता लगा है कि बिक्रमजीत सिंह ने साल 2011 तो 2016 तक बैंक विच अपनी तैनाती दौरान बैंक मैनेजरां अते बैंक के होर कर्मचारियों के खातियां दे आईडी पासवर्ड अते होर वेरवियां की दुरवरतों करके वड्डी रकम का घपला किया। जांच दौरान यह गल सामने आई है कि दोषी ने ज्यादातर अशोक सिंह की आईडी अते पासवर्ड की वरतों की, पर अशोक सिंह ने कदे भी बैंक अते उच्च अधिकारी ਨੂੰ ਇਸ ਸੰਬੰਧੀ ਕੋਈ ਸ਼ਿਕਾਇਤ ਨਹੀਂ ਕੀਤੀ। ਇਸ ਲਈ ਵਿੱਤੀ ਧੋਖਾਧੜੀ ਵਿੱਚ ਮਿਲੀ ਭੁਗਤ ਦੇ ਦੋਸ਼ਾਂ ਵਿੱਚ ਉਸ ਨੂੰ ਵੀ ਮਿਲੀ ਭੁਗਤ ਕਰਕੇ ਮੁਕੱਦਮੇ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਹ ਸਾਡੇ ਕੋਲ ਇੱਕ ਜਿਹੜੀ ਆ ਸ਼ਿਕਾਇਤ ਨੰਬਰ 65/2019 ਜਿਹੜੀ ਆ ਪ੍ਰਾਪਤ ਹੋਈ ਸੀਗੀ ਕਿ ਵਿਕਰਮਜੀਤ ਸਿੰਘ ਜਿਹੜਾ ਸਹਾਇਕ ਮੈਨੇਜਰ ਲੱਗਾ ਸੀ ਰੋਪੜ ਸੈਂਟਰਲ ਕੋਆਪਰੇਟਿਵ ਬੈਂਕ ਦੇ ਵਿੱਚ, ਸੀਨੀਅਰ ਮੈਨੇਜਰ ਜਿਹੜੇ ਸੀਗੇ ਅਸ਼ੋਕ ਸਿੰਘ ਰਮਾਨ, ਇਹਨਾਂ ਦੀ ਆਪਸੀ ਮਿਲੀ ਭੁਗਤ ਦੇ ਨਾਲ ਵਿਕਰਮਜੀਤ ਨੇ ਉਹਨਾਂ ਦੀ ਆਈ ਡੀ ਅਤੇ ਪਾਸਵਰਡ ਯੂਜ਼ ਕਰਕੇ ਜਿਹੜਾ ਬੈਂਕ ਦਾ 1,24,46,547 ਰੁਪਈਏ ਜਿਹੜੇ ਆ ਆਪਣੇ ਅਤੇ ਆਪਣੇ ਰਿਸ਼ਤੇਦਾਰਾਂ ਦੇ ਖਾਤਿਆਂ 'ਚ ਟ੍ਰਾਂਸਫਰ ਕਰਕੇ ਬੈਂਕ ਦੇ ਨਾਲ ਜਿਹੜਾ ਆ ਫਰੋਡ ਕੀਤਾ। ਉਹਦੇ 'ਤੇ ਜਿਹੜੀ ਇਹ ਪੜਤਾਲ 'ਤੇ ਇਹ FIR No. 9 ਮਿਤੀ ਜਿਹੜੀ 28/7 ਜਿਹੜੀ ਦਰਜ ਕੀਤੀ ਗਈ ਆ, ਉਸ ਮੁਕੱਦਮੇ ਦੇ ਵਿੱਚ ਜਿਹੜੀ ਆ ਕੱਲ੍ਹ ਇਹਨਾਂ ਦੀ ਜਿਹੜੀ ਆ ਗ੍ਰਿਫਤਾਰੀ ਪਾਈ। ਅਤੇ ਇਹਨਾਂ ਦੇ ਕੋਲੋਂ ਹੁਣ ਤੱਕ ਕੋਈ ਰਿਕਵਰੀ ਕੋਈ ਕਿਸੇ ਤਰ੍ਹਾਂ ਦੀ ਰਿਕਵਰੀ ਹਾਲੇ ਤਾਂ ਇਨੀਸ਼ੀਅਲ ਸਟੇਜ ਆ, ਇਨਵੈਸਟੀਗੇਸ਼ਨ ਜਸਟ ਸਟਾਰਟ ਹੋਈ ਆ, ਰਿਕਵਰੀ ਤਾਂ ਮਸਟ ਹੋਏਗੀ। ਇਹਨਾਂ ਦੇ ਹਾਲੇ ਖਾਤਿਆਂ ਦਾ ਪਤਾ ਕਰਾਵਾਂਗੇ ਕਿਹੜੇ ਕਿਹੜੇ ਖਾਤਿਆਂ 'ਚ ਪੈਸੇ ਗਏ, ਉਹਨਾਂ ਖਾਤਿਆਂ 'ਚ ਅੱਗੇ ਇਹਨਾਂ ਨੇ ਕਿੱਥੇ ਇਨਵੈਸਟ ਕੀਤੇ ਆ, ਪ੍ਰੋਪਰਟੀਆਂ ਖਰੀਦੀਆਂ ਕੀ ਕੀਤਾ, ਉਹ ਸਾਰੀ ਜਿਹੜੀ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਜੀ। ਬਾਅਦ 'ਚ ਜਿਹੜਾ ਇਨਵੈਸਟੀਗੇਸ਼ਨ ਪਤਾ ਲੱਗਿਆ ਇਹ ਦੋਨੇ ਜਿਹੜੇ ਰੋਪੜ ਦੇ ਇੱਥੇ ਰਹਿਣ ਵਾਲੇ, ਇੱਕ ਤਾਂ ਜਿਹੜਾ ਪਿਆਰਾ ਸਿੰਘ ਕਲੋਨੀ ਦੇ ਵਿੱਚ ਰਹਿੰਦਾ, ਦੂਸਰਾ ਜਿਹੜਾ ਹੈਗਾ ਆ ਉਹ ਨਿਊ ਫਰਗੋਬਿੰਦ ਨਗਰ ਦੇ ਵਿੱਚ। ਅਤੇ ਆਪਣੀ ਸਰਵਿਸ ਦੇ ਦੌਰਾਨ ਕਿੰਨੀ ਕੁ ਦੇਰ ਇਹ ਕਰਦੇ ਨੇ ਸਾਰੀ? ਇਹ 2011 ਤੋਂ 2016 ਤੱਕ ਦੀ ਸਾਡੀ ਜਿਹੜੀ ਪੜਤਾਲ ਅਸੀਂ ਕੀਤੀ ਆ, ਉਸ ਦੌਰਾਨ ਦੇ ਵਿੱਚ ਇਹ ਜਿਹੜਾ ਤਕਰੀਬਨ 1.25 ਕਰੋੜ ਰੁਪਈਏ ਦਾ ਜਿਹੜਾ ਗਬਨ ਹੋਇਆ। ਬਾਕੀ ਜਿਹੜਾ ਹਜੇ ਅਸੀਂ ਹੋਰ ਵੀ ਰਿਕਾਰਡ ਜਿਹੜਾ ਆ ਉਹ ਤਬਦੀਲ ਕਰਾਉਣ ਜਿਹੜਾ ਆ ਬਾਝਾਂਗੇ। ਰੂਪਨਗਰ ਤੋਂ ਵਰੁਣ ਲਾਂਬਾ ਦੀ ਰਿਪੋਰਟ। ਵਧੇਰੇ ਖਬਰਾਂ ਦੀ ਜਾਣਕਾਰੀ ਲਈ ਦੇਖਦੇ ਰਹੋ ਅਜੀਤ ਵੈਬ ਟੀਵੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।